ਚੰਡੀਗੜ੍ਹ ਦਾ ਭੁਲੇਖਾ ਪੈਂਦਾ। ਇੱਧਰ ਤੁਸੀਂ ਮਾੜਾ ਨਿਗਾਹ ਮਾਰ ਕੇ ਵੇਖੋ, ਸਰਪੰਚੀ ਦੀਆਂ ਵੋਟਾਂ ਆਉਣ ਵਾਲੀਆਂ, ਐਤੀ ਸੋਚ ਸਮਝ ਕੇ ਉਸ ਬੰਦੇ ਨੂੰ ਸਰਪੰਚ ਬਣਾਇਓ ਜਿਹੜਾ ਪਿੰਡ ਦੇ ਵਿੱਚ ਆਹ ਕੰਮ ਕਰੇ। ਰੂਹ ਨੂੰ ਸਕੂਨ ਮਿਲਦਾ ਇੱਥੇ ਆ ਕੇ। ਆਹ ਚੀਜ਼ ਆ ਪਾਰਕਸ ਦੇ ਵਿੱਚ, ਇਹ ਸਰਪੰਚੀ ਹੁੰਦੀ ਆ। ਤੁਸੀਂ ਨਿਗਾਹ ਮਾਰੋ, ਕਿਲਾ ਬਣਾਇਆ ਪਿਆ ਜਮਾਂ। ਸੋ ਇਹ ਚੰਡੀਗੜ੍ਹ ਨਹੀਂ, ਇਹ ਪੰਜਾਬ ਦਾ ਪਿੰਡ ਆ ਜੀ, ਰਣਸੀ ਕਲਾਂ। ਇੱਧਰ ਸਾਰੇ ਲਿਫਾਫੇ ਆ ਗਏ, ਨਿਗਾਹ ਮਾਰੋ ਹੈ ਨਾ, ਪਿੰਡ ਰਣਸੀ ਕਲਾਂ ਖੜ੍ਹੇ ਹਾਂ। ਪਹਿਲਾਂ ਤਾਂ ਤੁਸੀਂ ਮੇਰੇ ਮਗਰ ਦੇਖ ਸਕਦੇ ਹੋ, ਪਾਰਕ ਬਣਾਇਆ ਬਾਈ ਮਿੰਟੂ ਸਰਪੰਚ ਨੇ। ਮੂਰਤੀਆਂ ਵੇਖੋ ਬੇਬੇ ਅਤੇ ਬਾਪੂ ਦੀਆਂ, ਕਿੰਨੀਆਂ ਸੋਹਣੀਆਂ ਬਣਾਈਆਂ ਹੈ ਨਾ। ਮਗਰ ਪਾਰਕ ਬਣਾਇਆ, ਲਾਇਬ੍ਰੇਰੀ ਬਣਾਈ ਆ। ਮੈਂ ਤੁਹਾਨੂੰ ਸਾਰੀ ਚੀਜ਼ ਦਿਖਾਉਣਾ ਯਾਰ, ਤੁਸੀਂ ਦੇਖੋਗੇ ਵੀ ਇਹੋ ਜਿਹੇ ਸਰਪੰਚ ਚੁਣੋ ਬਈ ਪਿੰਡਾਂ ਦੇ ਵਿੱਚ ਸਰਪੰਚੀ ਦੀਆਂ ਵੋਟਾਂ ਆਉਣ ਵਾਲੀਆਂ, ਜਿਹੜੇ ਆਹ ਕੰਮ ਕਰਨ ਉਹ ਸਰਪੰਚ ਜ਼ਰੂਰੀ ਆ। ਚੰਡੀਗੜ੍ਹ ਦਾ ਭੁਲੇਖਾ ਪੈਂਦਾ, ਇੱਧਰ ਤੁਸੀਂ ਮਾੜਾ ਨਿਗਾਹ ਮਾਰ ਕੇ ਵੇਖੋ। ਮਹਾਰਾਜਾ ਰਣਜੀਤ ਸਿੰਘ ਲਾਇਬ੍ਰੇਰੀ ਰਣਸੀ ਕਲਾਂ, ਉਹਦੇ ਕੋਲੇ ਜਾ ਕੇ ਵਿਖਾਉਣੇ ਆ ਤੁਹਾਨੂੰ। ਵੇਖੋ ਯਾਰ ਤੁਸੀਂ, ਆਹ ਹੁੰਦੇ ਆ ਸਰਪੰਚ ਪਿੰਡਾਂ ਦੇ, ਵੇਖੋ ਹੈ ਬਣਦੀ ਆ ਕਿ ਨਹੀਂ ਬਣਦੀ ਗੱਲ। ਵੇਖ ਬਈ ਇੱਥੇ ਜਾਂਦਿਆਂ ਨੂੰ ਯਾਰ, ਇੱਥੇ ਆ ਕੇ ਨਾ ਮਨ ਨੂੰ ਸਕੂਨ, ਰੂਹ ਨੂੰ ਸਕੂਨ ਮਿਲਦਾ ਇੱਥੇ ਆ ਕੇ। ਆਹ ਚੀਜ਼ ਆ ਪਾਰਕਸ ਦੇ ਵਿੱਚ, ਇਹ ਸਰਪੰਚੀ ਹੁੰਦੀ ਆ। ਓਪਨ ਜਿੰਮ ਬਣਾਈ ਆ ਬੰਦੇ ਨੇ ਬਈ, ਮਿੰਟੂ ਸਰਪੰਚ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਈ। ਸੋ ਪਿੰਡ ਆਪਦਾ ਸਮਾਰਿਆ, ਪਰ ਲੋਕਾਂ ਨੂੰ ਸਿੱਖਿਆ ਵਾਸਤੇ ਬਹੁਤ ਵੱਡੀ ਦੀ ਚੀਜ਼ ਦੇ ਗਏ ਇਹ, ਵੀ ਸਰਪੰਚ ਜਿਹੜੇ ਚੁਣਨੇ ਆ ਨਾ, ਵੇਖ ਕੇ ਸੋਚ ਸਮਝ ਕੇ ਚੁਣਿਓ। ਹੈਦਰ ਨਿਗਾਹ ਮਰਾਈ ਬਈ, ਓਪਨ ਜਿੰਮ ਆ, ਵੇਖੋ ਤੁਸੀਂ ਸਾਰੀ ਵਰਕਿੰਗ ਹੈ। ਕੋਈ ਐਂ ਨਹੀਂ ਹੈ ਵੀ ਖਰਾਬ ਹੋਈ ਪਈ ਆ, ਵਰਕਿੰਗ ਆ ਸਾਰੀ ਜਿੰਮ, ਇਹ ਬਿਲਕੁਲ ਵਰਕਿੰਗ ਆ ਜਿੰਮ। ਲੈ ਐਂ ਨਹੀਂ ਵੀ ਖਰਾਬ ਮਸ਼ੀਨਾਂ ਲਾਈਆਂ ਪਈਆਂ, ਜਮ੍ਹਾਂ ਚੱਲਦੀਆਂ ਨੇ ਇਸ ਵਕਤ। ਮਹਾਰਾਜਾ ਰਣਜੀਤ ਸਿੰਘ ਲਾਇਬ੍ਰੇਰੀ ਪਿੰਡ ਰਣਸੀ ਕਲਾਂ ਦੇ ਵਿੱਚ ਬਾਈ ਮਿੰਟੂ ਸਰਪੰਚ ਨੇ ਬਣਾਈ ਹੋਈ ਆ ਇਹ ਲਾਇਬ੍ਰੇਰੀ। ਨਿਗਾਹ ਮਾਰੋ, ਕਿਲਾ ਬਣਾਇਆ ਪਿਆ ਜਮਾਂ। ਸਭ ਤੋਂ ਵੱਡੀ ਲੋੜ ਅੱਜ ਦੇ ਸਮੇਂ ਦੇ ਵਿੱਚ ਕਿਤਾਬਾਂ ਦੀ ਆ ਯੂਥ ਨੂੰ, ਅਤੇ ਕਿਤਾਬਾਂ ਲਾਇਬ੍ਰੇਰੀ ਦੇ ਵਿੱਚ ਮਿਲਣਗੀਆਂ। ਮਿੱਤਰੋ ਪਿੰਡ ਰਣਸੀ ਕਲਾਂ ਖੜ੍ਹੇ ਆ, ਸਰਪੰਚ ਇਹੋ ਜਿਹੇ ਹੋਣੇ ਚਾਹੀਦੇ ਆ। ਸਰਪੰਚੀ ਦੀਆਂ ਵੋਟਾਂ ਆਉਣ ਵਾਲੀਆਂ, ਐਤੀ ਸੋਚ ਸਮਝ ਕੇ ਉਸ ਬੰਦੇ ਨੂੰ ਸਰਪੰਚ ਬਣਾਇਓ ਜਿਹੜਾ ਪਿੰਡ ਦੇ ਵਿੱਚ ਆਹ ਕੰਮ ਕਰੇ। ਬਾਈ ਪਾਰਕ ਦਿਖਾ ਦੀ, ਇੱਧਰ ਚੰਡੀਗੜ੍ਹ ਦਾ ਭੁਲੇਖਾ ਪੈਂਦਾ। ਇੱਧਰੋਂ ਨਿਗਾਹ ਮਾਰੋ, ਇਹ ਚੰਡੀਗੜ੍ਹ ਨਹੀਂ, ਇਹ ਪੰਜਾਬ ਦਾ ਪਿੰਡ ਆ ਜੀ, ਰਣਸੀ ਕਲਾਂ। ਕਹਿੰਦੇ ਵੀ ਆਪਦੇ ਘਰ ਦਾ ਕੂੜਾ ਲਿਆ ਕੇ ਇੱਥੇ ਸੁੱਟ ਦਿਓ ਅਤੇ ਇੱਥੋਂ ਆਪਦਾ ਨਾਮ ਲੈ ਜਾਓ। ਪਿੰਡ ਰਣਸੀ ਕਲਾਂ ਖੜ੍ਹੇ ਆ ਬਾਈ ਮਿੰਟੂ ਸਰਪੰਚ ਵਾਲੇ ਪਿੰਡ। ਇਹ ਸਾਰੀ ਜਿਹੜੀ ਦੇਣ ਆ ਇਹ ਬਾਈ ਮਿੰਟੂ ਸਰਪੰਚ ਦੀ ਆ। ਬਹੁਤ ਸੋਹਣਾ ਪਾਰਕ ਬਣਾਇਆ, ਆਹ ਕੂੜੇ ਵਾਲਾ ਵੀ ਬਣਾਇਆ, ਆਪਾਂ ਅੰਦਰ ਜਾ ਕੇ ਦਿਖਾਉਂਦੇ ਆ। ਹਰੇਕ ਚੀਜ਼ ਅਲੱਗ ਅਲੱਗ, ਲਿਫਾਫੇ ਅੱਡ, ਕੱਚ ਅੱਡ, ਹੋਰ ਜਿਹੜਾ ਗੰਦ ਮੰਦਾ ਉਹ ਅੱਡ, ਰੂੜੀ ਵਾਲਾ ਸਿਸਟਮ ਆ ਉਹ ਅੱਡ, ਅੱਡੋ ਅੱਡ ਹਰੇਕ ਖਾਂਚੇ ਬਣਾਏ ਹੋਏ ਆ। ਇੱਥੇ ਕੂੜਾ ਸਿੱਟਿਆ ਜਾਂਦਾ, ਇਹਦੇ ਵਿੱਚ ਕੂੜਾ ਜਿਹੜਾ ਆਉਂਦਾ ਗੱਤਾ ਜਾਂ ਪਲਾਸਟਿਕ, ਇਹਦੇ ਵਿੱਚ ਸਿੱਟਿਆ ਜਾਂਦਾ। ਇੱਧਰ ਜਿਹੜਾ ਇਹ ਖਾਲੀ ਪਿਆ, ਜਿਹੜੇ ਇਹ ਪਿਆ ਇਹਦੇ ਪਾਥੀਆਂ ਰੱਖੀਆਂ ਹੁੰਦੀਆਂ ਵੀ, ਜਿਹੜਾ ਕੂੜਾ ਮਚਾਉਣ ਵਾਲਾ ਹੁੰਦਾ ਗਾ ਉਹਨੂੰ ਪਰੇ ਲਿਜਾ ਕੇ ਪਾਥੀਆਂ ਦੇ ਨਾਲ ਮਚਾਇਆ ਜਾਂਦਾ। ਇੱਧਰ ਸਾਰੇ ਲਿਫਾਫੇ ਆ ਗਏ, ਨਿਗਾਹ ਮਾਰੋ ਹੈ ਨਾ। ਅਤੇ ਇੱਥੇ ਬਈ ਸਾਰਾ ਜਿਹੜਾ ਕੋਈ ਪੱਤੇ ਹੋ ਗਏ ਦਰੱਖਤਾਂ ਦੇ, ਉਹ ਕੂੜਾ ਇਹਦੇ ਵਿੱਚ ਆ ਜਾਂਦਾ। ਜਿਹੜੀਆਂ ਕੰਚ ਦੀਆਂ ਬੋਤਲਾਂ ਵਗੈਰਾ ਉਹ ਇੱਧਰ ਆ ਜਾਂਦੀਆਂ ਨੇ। ਐਂ ਕਰਕੇ ਸਾਰੇ ਇਹ ਬਣਾਏ ਹੋਏ ਆ। ਇਹ ਜਿਹੜਾ ਘਰਾਂ ਦਾ ਕੂੜਾ ਕਰਕਟ ਹੋ ਗਿਆ, ਜਿਵੇਂ ਆਹ ਘਾਹ ਹੋ ਗਿਆ ਜਾਂ ਹੋਰ ਪੱਤੇ ਡੱਕੇ ਹੋਰ ਹੋ ਗਏ, ਉਹਨਾਂ ਦਾ ਅੱਡ ਬਣਾਉਂਦਾ ਸਾਰਾ ਕੁਛ। ਇਹ ਸੋਚ ਆ ਬਾਈ ਪਿੰਡ ਦੇ ਸਰਪੰਚ ਦੀ। ਮੈਂ ਕਹਿਣਾ ਵੀ ਪਹਿਲੀ ਗੱਲ ਤਾਂ ਪਿੰਡ ਵਾਲੇ ਜਿਹੜੇ ਬੰਦੇ ਆ ਸਰਪੰਚ ਦੁਆਰੇ, ਇਸੇ ਬੰਦੇ ਨੂੰ ਦੇਖਣ, ਕਿਉਂਕਿ ਇਹੋ ਜਿਹਾ ਕੰਮ ਪਿੰਡ 'ਚ ਕਿਸੇ 'ਚ ਹੋਇਆ ਹੀ ਨਹੀਂ ਪੰਜਾਬ ਦੇ 'ਚ, ਹੈ ਨਾ, ਜਿਹੜਾ ਬਾਈ ਨੇ ਕੰਮ ਕੀਤਾ। ਇਸ ਤੋਂ ਇਲਾਵਾ ਮਿੱਤਰੋ, ਸਰਪੰਚੀ ਦੀਆਂ ਵੋਟਾਂ ਆਉਣ ਵਾਲੀਆਂ, ਸਰਪੰਚ ਉਹ ਬੰਦਾ ਚੁਣਿਓ ਜਿਹੜਾ ਕੋਈ ਇਹੋ ਜਿਹੇ ਕੰਮ ਕਰਦਾ ਹੋਵੇ।